ਅਟਾਰੀ ਵਾਹਗਾ ਸਰਹੱਦ ਤੇ ਰੋਜ਼ਾਨਾ ਸ਼ਾਮ ਨੂੰ ਹੋਣ ਵਾਲੀ BSF ਅਤੇ ਪਾਕ ਰੇਂਜਰਸ ਦੀ ਸਾਂਝੀ ਰਿਟਰੀਟ ਸੈਰੇਮਨੀ ਦੇ ਸਮੇਂ 'ਚ ਤਬਦੀਲੀ ਕਰਦਿਆਂ ਇਹ 4:30 ਵਜੇ ਤੈਅ ਕਰ ਦਿੱਤੀ ਗਈ ਹੈ, ਜਦਕਿ ਪਹਿਲਾਂ 5 ਵਜੇ ਹੁੰਦੀ ਸੀ। ਮੌਸਮ ਵਿੱਚ ਤਬਦੀਲੀ ਹੁੰਦਿਆਂ ਹੀ ਬਾਰਡਰ ਸਿਕਿਉਰਿਟੀ ਫੋਰਸ ਪੰਜਾਬ ਫਰੰਟੀਅਰ ਹੈੱਡਕੁਆਰਟਰ ਨੇ ਇਹ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਅਟਾਰੀ ਅਤੇ ਵਾਹਗਾ ਸਰਹੱਦ ਤੇ 0 ਲਾਈਨ ਤੇ ਕੌਮੀ ਝੰਡਾ ਲਹਾਉਣ ਤੋਂ ਬਾਅਦ ਹੁਣ ਰਿਟਰੀਟ ਸੈਰੇਮਨੀ ਦਾ ਸਮਾਂ ਸ਼ਾਮ 5 ਵਜੇ ਦਾ ਸੀ। ਹੁਣ ਇਹ ਰਿਟਰੀਟ ਸੈਰੇਮਨੀ ਸ਼ਾਮ 4:30 ਵਜੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ 4:55 ਤੱਕ ਚੱਲੇਗੀ, ਜਦਕਿ ਇਸ ਤੋਂ ਪਹਿਲਾਂ 5 ਵਜੇ ਤੋਂ ਸ਼ੁਰੂ ਹੋ ਕੇ 5:25 ਤੱਕ ਖਤਮ ਹੁੰਦੀ ਸੀ। BSF ਪੰਜਾਬ ਫਰੰਟੀਅਰ ਦੇ IG ਮੁਕੁਲ ਗੋਇਲ ਨੇ ਸੈਨਾਨੀਆਂ ਦੇ ਨਾਂ ਸੰਦੇਸ਼ ਦਿੱਤਾ ਹੈ ਕਿ ਆਪਣੇ ਕੀਮਤੀ ਸਮਾਨ ਨੂੰ ਉਹ ਨਾਲ ਲੈ ਕੇ ਨਾ ਜਾਣ ਤਾਂ ਕਿ ਰਿਟਰੀਟ ਸੈਰੇਮਨੀ ਦੌਰਾਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ।